ਬਾਣੀ ਸੁਣੋ, ਬਾਣੀ ਤੇ ਵਿਚਾਰ ਕਰੋ ਤੇ ਆਪਣਾ ਜਿਹੜਾ ਮਨ ਹੈ ਕਠੋਰ ਹੈ ਜਿੱਦਾਂ ਪੱਥਰ ਢਲਦਾ ਨਾ, ਇਹੀ ਚੀਜ਼ ਹੈ ਖਾਲਸਾ ਜੀ। ਜਦੋਂ ਬਾਣੀ ਆਪਾਂ ਪੜ੍ਹਦੇ ਹਾਂ ਤੇ ਆਪਣਾ ਮਨ ਢਲਣਾ ਜਿਹੜਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਆਪਾਂ ਇਤਿਹਾਸ ਹੈ ਜਿਹੜਾ ਜੋ ਖਾਲਸੇ ਨੇ ਸਿਰਜਿਆ ਹੈ, ਦਸਾਂ ਗੁਰੂਆਂ ਪਾਤਸ਼ਾਹੀਆਂ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ ਖਾਲਸਾ ਜੀ, ਕਿਉਂਕਿ ਸਾਡਾ ਵਿਰਸਾ ਸੀ ਦਸਤਾਰ ਅਤੇ ਕੇਸ, ਜੋ ਕਿ ਸਾਨੂੰ ਸਰਹੰਦ ਦੀਆਂ ਨੀਹਾਂ ਚਮਕੌਰ ਦੀ ਗੜੀ ਦੱਸਦੀ ਹੈ ਇਤਿਹਾਸ ਖਾਲਸਾ ਜੀ। ਆਪਣਾ ਜਿਹੜਾ ਵਿਰਸਾ ਹੈ ਪੁਰਾਣਾ ਉਹਨੂੰ ਨਾ ਭੁੱਲੀਏ ਵੀਰਿਓ ਜੀ, ਕਿਉਂਕਿ ਆਪਾਂ ਜਿਹੜਾ ਦਸਤਾਰ ਮੁਕਾਬਲਾ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਚਲਾਈ ਹੈ ਖਾਲਸਾ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਾਰ ਕਿਰਪਾ ਦੇ ਨਾਲ ਆਪਾਂ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਖਾਲਸਾ ਜੀ। ਕਿਉਂਕਿ ਮੇਰੇ ਵੀਰ ਬਹੁਤ ਉਪਰਾਲਾ ਕਰ ਰਹੇ ਹਨ, ਭਾਈ ਪਰਮਜੀਤ ਸਿੰਘ ਜੀ ਦਾ ਬਹੁਤ ਉਪਰਾਲਾ ਹੈ, ਕਿਉਂਕਿ ਇਹ ਵੀ ਸਮੇਂ ਸਿਰ ਆ ਕੇ ਸਾਡੇ ਨਾਲ ਵਿਚਾਰ ਕਰਦੇ ਹਨ, ਜੋ ਵੀ ਗੱਲਬਾਤ ਹੈ ਸਾਨੂੰ ਦੱਸਦੇ, ਅਸੀਂ ਇਹਨਾਂ ਨੂੰ ਦੱਸਦੇ ਹਾਂ ਖਾਲਸਾ ਜੀ। ਇਸ ਕਰਕੇ ਆਪਾਂ ਨੂੰ ਦਸਤਾਰ ਅਤੇ ਕੇਸਾਂ ਨਾਲ ਖਾਲਸਾ ਜੀ, ਆਪਾਂ ਨੂੰ ਵਿਰਸੇ ਵਿੱਚ ਸਰਦਾਰੀ ਮਿਲੀ ਸੀ ਅਤੇ ਦਸਾਂ ਗੁਰੂਆਂ ਨੇ ਆਪਣਾ ਜਿਹੜਾ ਉਪਦੇਸ਼ ਦਿੱਤਾ ਸੀ ਉਸ ਉਪਦੇਸ਼ 'ਤੇ ਚੱਲਣਾ ਹੈ ਖਾਲਸਾ ਜੀ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਖਾਲਸਾ ਜੀ, ਉਹ ਕੱਖਾਂ ਦੇ ਵਾਂਗ ਰੁਲ ਜਾਂਦੀਆਂ ਖਾਲਸਾ ਜੀ। ਇਸ ਕਰਕੇ ਆਪਾਂ ਨੂੰ ਇਤਿਹਾਸ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਦਸਤਾਰ ਅਤੇ ਕੇਸਾਂ ਨਾਲ ਵਿਰਸੇ ਵਿੱਚ ਮਿਲੀ ਸਰਦਾਰੀ ਖਾਲਸਾ ਜੀ, ਉਹ ਕਵਿਤਾ ਨੇ ਬਿਆਨ ਕੀਤਾ ਜਾ ਰਿਹਾ ਹੈ। ਦਸਤਾਰ ਦੀ ਮਮਤਾ ਤੋਂ ਸਭ ਨੇ ਜਾਣੂਣੀ ਅਣਜਾਣੇ, ਕੇਸ ਹੈ ਮੋਹਰ ਹੈ ਸਤਿਗੁਰੂ ਦੀ, ਕਹਿੰਦੇ ਸਭ ਨੇ ਲੋਕ ਸਿਆਣੇ। ਭੁੱਲਣ ਮਾਪੇ ਨੇ ਕਰਦੇ ਬੱਚਿਆਂ ਦੇ ਕੇਸ ਖਵਾਰੀ, ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਦਸਤਾਰ ਦੀ ਮਮਤਾ ਤੋਂ ਸਭ ਨੇ ਜਾਣੂਣੀ ਅਣਜਾਣੇ ਜੀ, ਸਭ ਨੇ ਜਾਣੂਣੀ ਅਣਜਾਣੇ, ਕੇਸ ਹੈ ਮੋਹਰ ਹੈ ਸਤਿਗੁਰੂ ਦੀ, ਕਹਿੰਦੇ ਸਭ ਨੇ ਲੋਕ ਸਿਆਣੇ। ਭੁੱਲਣ ਮਾਪੇ ਨੇ ਕਈ ਭੁੱਲਣ ਮਾਪੇ ਨੇ ਕਰਦੇ ਬੱਚਿਆਂ ਦੇ ਕੇਸ ਖਵਾਰੀ, ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਸਾਰੇ ਹੀ ਧਰਮਾਂ ਚ ਸਭ ਦੇ ਕੇਸ ਉਹ ਮਿਲਦੇ ਆਏ ਜੀ, ਸਭ ਦੇ ਕੇਸ ਉਹ ਮਿਲਦੇ ਆਏ, ਵਾਧੂ ਨਾ ਜਾਣ ਲਿਓ ਕੁਦਰਤ ਨੇ ਹੈ ਚਿੰਨ ਲਗਾਏ। ਹੱਥ ਪੈਰ ਦੀਆਂ ਕਲੀਆਂ ਤੇ ਜੀਬਾ ਲਾਈ ਕਿਵੇਂ ਪਿਆਰੀ, ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਜਦੋਂ ਜੁੱਧ ਪੰਗਾਣੀ ਚ ਬੁੱਧੂ ਸ਼ਾਨੇ ਪੁੱਤਰ ਵਾਰੇ ਜੀ, ਬੁੱਧੂ ਸ਼ਾਨੇ ਪੁੱਤਰ ਵਾਰੇ, ਮੰਗਲਾ ਜੋ ਚਾਹੁਣਾ ਏ ਕਲਗੀ ਧਰਨੇ ਬਚਣੇ ਉਚਾਰੇ। ਹੱਥ ਜੋੜ ਬੁੱਧੂ ਸ਼ਾਨੇ, ਹੱਥ ਜੋੜ ਬੁੱਧੂ ਸ਼ਾਨੇ, ਚਰਨਾਂ ਦੇ ਵਿੱਚ ਅਰਜ ਗੁਜਾਰੀ, ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਕੰਗਾ ਕਰਦੇ ਸਤਿਗੁਰੂ ਜੀ, ਕੰਗਾ ਕਰਦੇ ਸਤਿਗੁਰੂ ਜੀ, ਬੁੱਧੂ ਸ਼ਾਹ ਜੀ ਹਾਜ਼ਰ ਹੋਇਆ ਜੀ, ਬੁੱਧੂ ਸ਼ਾਹ ਜੀ ਹਾਜ਼ਰ ਹੋਇਆ, ਕਲਗੀ ਤਰ ਪਿਆਰੇ ਦੇ ਹੱਥ ਬਨ ਚਰਨਾਂ ਵਿੱਚ ਖਲੋਇਆ। ਕੰਗਾ ਸੁਣ ਕੇਸ ਬਖਸ਼ੋ, ਕੰਗਾ ਸੁਣ ਕੇਸ ਬਖਸ਼ੋ, ਬਖਸੀ ਗੁਰਾਂ ਦੇ ਸਤਾਰ ਕਟਾਰੀ, ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਦਸਤਾਰ ਤੇ ਕੇਸਾਨਾ ਵਿਰਸੇ ਵਿੱਚ ਮਿਲੀ ਸਰਦਾਰੀ। ਓ ਪੱਗ ਬਜੇ ਪੋਤਰੇ ਨੂੰ, ਪੱਗ ਬਜੇ ਪੋਤਰੇ ਨੂੰ, ਬਾਬਾ ਖੁਸ਼ੀ ਵਿੱਚ ਭੁੱਲਿਆ ਜਾਵੇ, ਚਾਚਿਆਂ ਤੇ ਮਾਮਿਆਂ ਦੇ ਚਿਹਰੇ ਹੋ ਜਾਣ ਤੂਣ ਸਵਾਏ। ਭੂਆ ਫੁੱਫੜ ਮਾਸੀਆਂ ਨੇ, ਭੂਆ
माया विच खुशी दे वारी दसता ते किसाना विरसे विच मिली सरदारी दसता ते किसाना विरसे विच मिली सरदारी पग परे विच ले जावे जानो बुरी बेजती होई पग परे विच ले जावे जानो बुरी बेजती होई पग मिल जे सरोपे च दूनी चौनी हिज्जत होई पग मिल जे सरोपे च दूनी चौनी हिज्जत होई ओ अक्सर बन जांदा ओ अक्सर बन जांदा पग सरकारी दसता ते किसाना विरसे विच मिली सरदारी दसता ते किसाना विरसे विच मिली सरदारी ए लटाउणी सौखी जे पर है बड़ी नभाउणी औखी जी पर है बड़ी नभाउणी औखी वांग नथे चौधरी दे सिर ना तोड़ नभाउणी औखी ना चमके इतिहास चो दुनिया कुल जान दी सारी दसता ते किसाना विरसे विच मिली सरदारी दसता ते किसाना विरसे विच मिली सरदारी सारे ही धर्मां च पग तो बिना शादी ना होवे जी पग तो बिना शादी ना होवे बड़ी बड़ी कीमती है पर ना पग तो बिना ना सोवे पग उच्ची उसदी है पग उच्ची उसदी है जिसदा नेक पुत कर नारी दसता ते किसाना विरसे विच मिली सरदारी दसता ते किसाना विरसे विच मिली सरदारी होर बहुत दलीला ने होर बहुत दलीला ने कर लियो इस कथा ते गौर विच पढ़ते आसां दे लिखदा सच कवीशर भौरा रूप सिंह कवीशर ने रूप सिंह कवीशर ने लिखती काव प्यारी दस्तार ते किसाना विरसे विच मिली सरदारी दस्तार ते किसाना विरसे विच मिली सरदारी गुरु नानक दे नैणा दा नूर सिखा सदा ली दुनिया यो बाद तेरी लखां पिंजरियां विच तू बंद होया रूह फेर भी रही उजाद तेरी ना घबराया ਪਚਾਲਾਂ ਨੂੰ ਵੇਖ ਕੇ ਤੂੰ ਹੋਵੇ ਕਿਸ ਤਰ੍ਹਾਂ ਸ਼ਾਨ ਬਰਬਾਦ ਤੇਰੀ ਜੋਰਾਵਾਰ ਤੇ ਫਤਿਹ ਦੇ ਸੀਸ ਉੱਤੇ ਰੱਖੀ ਆਸ਼ਕਾ ਗਈ ਬਣਿਆ ਤੇਰੀ ਲਾਲੀ ਤੇਰੇ ਅਜੀਤ ਦੇ ਖੂਨ ਦੀ ਏ ਫਿੱਕੀ ਕਿਸ ਤਰ੍ਹਾਂ ਪਵੇਗੀ ਤਾਪ ਤੇਰੀ ਤੱਤੀ ਤਵੀ ਤੇ ਬੈਠ ਕੇ ਕਿਸੇ ਭੋਰੇ ਕਰਨੀ ਦੱਸੀ ਏ ਸਬਰ ਦੀ ਜੰਗ ਤੈਨੂੰ ਮਸਤੀ ਲੱਥੀ ਨਾ ਤੇਰੀ ਮਸਤਾਨਿਆ ਓ ਦਿੱਤਾ ਸਮੇਂ ਨੇ ਚਰਖੜੀ ਟੰਗ ਤੈਨੂੰ ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿੱਚ ਪੈ ਪੈ ਤਿਉਂ ਤਿਉਂ ਚੜੇ ਪਰਵਾਨਿਆਂ ਰੰਗ ਤੈਨੂੰ ਤੈਨੂੰ ਦੁੱਖਾਂ ਦੇ ਨਾਗਾਂ ਦਾ ਖੌਫ ਕੀ ਏ ਤੇਰੇ ਕੋਲ ਹੈ ਸੁੱਖਾਂ ਦੀ ਮਣੀ ਸਿੱਖਾ ਸ਼ਾਂਤ ਰੱਖਦੀ ਜਿਹੜੀ ਅੰਗਿਆਰਿਆਂ ਨੂੰ ਤੇਰੇ ਕੋਲ ਹੈ ਸੁੱਖਾਂ ਦੀ ਕਣੀ ਸਿੱਖਾ ਜਿਹੜੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਚਾਲੀ ਖਾਲਸਾ ਜੀ ਆਪਾਂ ਨੂੰ ਬਾਣੀ ਪੜ੍ਹਨ ਦੀ ਲੋੜ ਹੈ ਤੇ ਬਾਣੀ ਤੇ ਚੱਲਣ ਦੀ ਲੋੜ ਹੈ ਖਾਲਸਾ ਜੀ ਆਓ ਸਮਾਂ ਸਮਾਪਤ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਰ ਮੇਰੇ ਜਿੰਨੇ ਵੀਰ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਾਰ ਕਿਰਪਾ ਦੇ ਨਾਲ ਹਰ ਫਰਾਈਡੇ 4 ਵਜੇ ਤੋਂ ਲੈ ਕੇ 6 ਵਜੇ ਦਸਤਾਰ ਦੀ ਜਿਹੜੀ ਕਲਾਸ ਲੱਗਦੀ ਹੈ ਖਾਲਸਾ ਜੀ ਆਪਾਂ ਨੂੰ ਉਹ 'ਚ ਆਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਉਸੇ ਵਿੱਚ ਸਾਨੂੰ ਦਸਤਾਰ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਜਿਹੜੇ ਮੇਰੇ ਵੀਰ ਹਾਲੇ ਤੱਕ ਦਸਤਾਰ ਨਹੀਂ ਸਜਾ ਸਕਦੇ ਕਿਉਂਕਿ ਵੀਰ ਜੀ ਇਹ ਵੀ ਪ੍ਰੋਬਲਮ ਹੈ ਸਾਡੀ ਕਿਉਂਕਿ ਦਸਤਾਰ ਸਿਖਾਉਣ ਦਾ ਵੀ ਤਰੀਕਾ ਹੈ ਕਿਉਂਕਿ ਅਸੀਂ ਜਦੋਂ ਦਸਤਾਰ ਨੂੰ ਜ਼ਿਆਦਾ ਪਾਣੀ ਲਾ ਲੈਂਦੇ ਹਾਂ ਚਾਹੇ ਕੁਛ ਵੀ ਕਰ ਲੈਂਦੇ ਹਾਂ ਅਤੇ ਸਾਡੀ ਜਿਹੜੀ ਪਿੱਛੇ ਹੈ ਉਹ ਕਈ ਗਰਦਨ ਵੀ ਪੀੜ ਕਰਨ ਲੈ ਪੈਂਦੀ ਹੈ ਉਸਦਾ ਤਰੀਕਾ ਪਹਿਲਾਂ ਸਿੱਖਣਾ ਹੈ ਭਾਵੇਂ ਸਾਰੀ ਦਿਹਾੜੀ ਦਸਤਾਰ ਬੰਨ ਛੱਡੋ ਜਿੱਦਾਂ ਮਰਜ਼ੀ ਕੰਮ ਕਰੋ ਕਦੇ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊ ਖਾਲਸਾ ਜੀ ਬਾਹਰ ਹਰ ਫਰਾਈਡੇ 4 ਵਜੇ ਤੋਂ ਲੈ ਕੇ 6 ਵਜੇ ਨੂੰ ਦਸਤਾਰ ਜਿਹੜੀ ਸਿਖਾਈ ਜਾਂਦੀ ਹੈ ਖਾਲਸਾ ਜੀ
ਸਾਰੇ ਹੀ ਮੇਰੇ ਵੀਰ ਵੱਧ ਤੋਂ ਵੱਧ ਲੈ ਕੇ ਆਓ ਕਿ ਆਪਾਂ ਦਸਤਾਰ ਦਾ ਜਿੰਨਾ ਵੀ ਅਹਿਮਤ ਨੂੰ ਪਛਾਣ ਸਕੀਏ। ਸਾਡੇ ਦਸਤਾਰ ਪਿੱਛੇ ਬਹੁਤ ਹੀ ਕੁਰਬਾਨੀਆਂ ਹੈ ਖਾਲਸਾ ਜੀ, ਭਾਈ ਮਨੀ ਸਿੰਘ, ਭਾਈ ਸਤੀਦਾਸ, ਭਾਈ ਦਿਆਲਾ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਭਾਈ ਤਾਰੂ ਸਿੰਘ ਜੀ, ਇਹ ਸਾਰਾ ਹੀ ਆਪਣਾ ਇਤਿਹਾਸ ਦਸਤਾਰ ਹੈ ਖਾਲਸਾ ਜੀ। ਕਿਉਂਕਿ ਦਸਤਾਰ ਦੇ ਪ੍ਰਤੀ ਹੀ ਆਪਾਂ ਨੂੰ ਜਾਗਰਿਤ ਹੋਣ ਦੀ ਲੋੜ ਹੈ। ਆਓ, ਸਮਾਂ ਸਮਾਪਤ ਹੈ। ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਹੋਰ ਭਾਈ ਸਾਹਿਬ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਪਰਮਜੀਤ ਸਿੰਘ ਖਾਲਸਾ ਜੀ ਨੂੰ, ਕਿਉਂਕਿ ਜਿਨ੍ਹਾਂ ਨੇ ਟਾਈਮ ਦੇ ਕੇ ਨਿਵਾਜਿਆ ਹੈ। ਕਿਉਂਕਿ ਦਸਤਾਰ ਦਾ ਜਿੰਨਾ ਵੀ ਪ੍ਰਚਾਰ ਹੋ ਸਕੇ ਉਨਾ ਹੀ ਘੱਟ ਹੈ ਖਾਲਸਾ ਜੀ। ਕਿਉਂਕਿ ਅੱਜ ਵੇਖੋ ਦਸਤਾਰ ਦੀਆਂ ਕਲਾਸਾਂ ਹਰ ਇੱਕ ਜਗ੍ਹਾ ਚੱਲ ਰਹੀਆਂ ਹੈ ਅਤੇ ਸਾਡੇ ਵੀਰ ਜਾਗਰਿਤ ਹੋ ਰਹੇ ਹਨ ਬਰਾਣੀਪਤੀ ਅਤੇ ਦਸਤਾਰ ਪ੍ਰਤੀ। ਇਹੀ ਆਪਣਾ ਵਿਰਸਾ ਹੈ ਖਾਲਸਾ ਜੀ, ਇਹਨੂੰ ਸੰਭਾਲ ਕੇ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।